ਕਿਸੇ ਦੀ ਕੀਮਤ ਨਹੀਂ ਛੱਡਣਾ। ਤੇਰਾ ਬੱਚਾ ਬਾਦਸ਼ਾਹ ਦੇ ਪੇਸ਼ ਕਰਨਾ। ਆਦੀ ਜ਼ਾਲਮਾ, ਮੇਰਾ ਬੱਚਾ ਛੱਡ ਦਿੱਤਾ ਤੂੰ ਗੋਸ਼ਟ ਵੀ ਨਹੀਂ ਬਣਨਾ, ਤੇਰੇ ਕੰਮ ਵੀ ਕਿਸੇ ਨਹੀਂ ਆਉਣਾ। ਔਰ ਜੇ ਤੂੰ ਮੇਰਾ ਬੱਚਾ ਛੱਡ ਦੇ, ਮੈਂ ਤੈਨੂੰ ਸੱਤਾਂ ਬਾਦਸ਼ਾਹ ਦਾ ਖਜ਼ਾਨਾ ਦੱਸਣੀ ਆ। ਔਰ ਸ਼ਿਕਾਰੀ ਕਹਿੰਦਾ ਵੀ ਝੂਠ ਮਾਰ ਕੇ ਬੱਚਾ ਛਡਾਉਣਾ ਚਾਹੁੰਦੀ ਹੈ। ਹਏ ਮੁਹੰਮਦ ਦੇ ਪ੍ਰਸਤਾਰੋ, ਅਰਨੀ ਕਹਿੰਦੀ ਏ ਉਹ ਝੂਠੇ ਦੇ ਲਾਨਤ ਹੁੰਦੀ ਹੈ, ਤੂੰ ਮੈਨੂੰ ਝੂਠੀ ਕਹਿ ਦਿੱਤਾ, ਝੂਠੇ ਦੇ ਖੁਦਾ ਦੀ ਲਾਨਤ ਹੁੰਦੀ ਹੈ। ਝੂਠਾ ਬੰਦਾ ਕਦੀ ਚੰਗਾ ਨਹੀਂ ਹੁੰਦਾ, ਹਜ਼ੂਰ ਨੇ ਤਿੰਨ ਵਾਰਾ ਝੂਠ ਹੀ ਮਨਾ ਫਰਮਾਇਆ। ਅਰਨੀ ਕਹਿੰਦੀ ਏ ਮੇਰਾ ਬੱਚਾ ਛੱਡ ਦੇ, ਉਹ ਮੈਂ ਤੈਨੂੰ ਇਹ ਗੱਲ ਦੱਸ ਦਿਆਂ, ਮੈਂ ਝੂਠੀ ਨੀ, ਤੂੰ ਮੇਰੀ ਨਸਲ ਨੂੰ ਦਾਗ ਲੈਂਦਾ, ਮੈਂ ਝੂਠੀ ਨੀ, ਮੈਂ ਉਹ ਸਰਨੀ ਦੇ ਪਿੰਡ ਨੀ ਜਿਹਨੇ ਮੁਹੰਮਦ ਨਾਲ ਵਾਅਦਾ ਕੀਤਾ ਸੀ। ਤੁਸਾਂ ਕਹਿ ਦੱਸ ਤੇਰੀ ਮਾਂ ਨੇ ਕਿਕਣ ਵਾਅਦਾ ਕੀਤਾ ਸੀ, ਕਰਨੀ ਦੇ ਦੋ ਦਿਨਾਂ ਦੇ ਖੂਨ ਸੁਣੀ ਕੇ ਜਾਣਗੇ। ਖੁਦਾ ਦੀ ਪਾਈ ਆਖਣੀ ਅੰਮਾ ਜਿਗਰ
ਰੱਬ ਹਰਾਮ ਸਾਡੇ ਉੱਤੇ ਜੋ ਕੁਝ ਪੀਏ ਖਾਏ ਕਲਮਾ ਤੈਬ ਪੜਿਆ ਉਹ ਕਲਮਾ ਤੈਬ ਪੜਿਆ